ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਏ ਬੀਐਸਸੀ ਸਮੈਸਟਰ ਦੂਸਰਾ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਅਸੀਂ ਪੜ ਰਹੇ ਹਾਂ ਕਥਾ ਕਹਾਣੀ ਕਹਾਣੀ ਸੰਗ੍ਰਹਿ ਵਿੱਚੋਂ ਕਹਾਣੀ ਮੋਹ ਪਾਸ਼ ਇਸ ਕਹਾਣੀ ਦਾ ਪਹਿਲਾ ਭਾਗ ਅਪਲੋਡ ਕੀਤਾ ਜਾ ਚੁੱਕਿਆ ਹੈ ਸੋ ਜਿਨ੍ਹਾਂ ਵਿਦਿਆਰਥੀਆਂ ਨੇ ਹਲੇ ਤੱਕ ਪਹਿਲਾ ਭਾਗ ਨਹੀਂ ਪੜਿਆ ਜਾਂ ਨਹੀਂ ਸੁਣਿਆ ਉਹ ਪਹਿਲੇ ਭਾਗ ਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਲਿੰਕ ਤੋਂ ਜਾ ਕੇ ਸੁਣ ਸਕਦੇ ਆ ਪੜ ਸਕਦੇ ਆ ਤਾਂ ਕਿ ਤੁਹਾਨੂੰ ਦੂਸਰਾ ਭਾਗ ਵੀ ਸਮਝ ਆ ਸਕੇ ਪਹਿਲੇ ਭਾਗ ਦੇ ਵਿੱਚ ਅਸੀਂ ਮਨਜੀਤ ਤੇ ਬਿੱਕਰ ਦੀ ਦੋਸਤੀ ਨੂੰ ਵੀ ਜਾਣਿਆ ਕੌੜਿਆਂ ਤੇ ਲੰਬੜਾਂ ਦੀ ਆਪਸੀ ਦੁਸ਼ਮਣੀ ਦਾ ਵੀ ਸਾਨੂੰ ਪਤਾ ਲੱਗਿਆ ਤੇ ਬਿੱਕਰ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਹੋ ਰਹੀਆਂ ਗੱਲਾਂ ਦਾ ਵੀ ਸਾਨੂੰ ਪਤਾ ਲੱਗਿਆ ਤੇ ਚਰਨੇ ਦੇ ਉੱਤੇ ਇਹਨਾਂ ਗੱਲਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਇਸ ਗੱਲ ਦਾ ਵੀ ਸਾਨੂੰ ਪਤਾ ਲੱਗਦਾ ਹੈ ਅੱਗੇ ਪੜ੍ਹਦੇ ਹਾਂ ਮਨਜੀਤ ਬਿੱਕਰ ਨੂੰ ਜਿੱਤੀ ਹੋਈ ਸ਼ੀਲਡ ਫੜਾ ਕੇ ਜਦੋਂ ਉੱਠਦਾ ਹੈ ਤਾਂ ਬਿੱਕਰ ਦੀ ਮਾਂ ਸ਼ਾਂਤੀ ਬੋਲਦੀ ਹੈ ਤੂੰ ਆ ਜਾ ਕਰ ਪੁੱਤ ਇਹਨਾਂ ਦੇ ਰੌਲੇ ਤਾਂ ਮੁੱਕਦੇ ਹੀ ਨਹੀਂ ਸਾਰੀ ਉਮਰ ਮੈਨੂੰ ਤਾਂ ਜਿਹੇ ਮੇਰਾ ਬਿੱਕਰ ਤੇ ਚਰਨਾ ਤੇ ਹਾਤੋਂ ਇਹ ਜਿਦਾਂ ਤਾਂ ਜੈ ਖਾਣੇ ਦੀਆਂ ਪੱਟਕੇ ਵਗਾ ਦਿੰਦੀਆਂ ਸ਼ਾਂਤੀ ਨੇ ਹੋਂਗਾ ਭਰਿਆ ਸੀ ਹੁਣ ਇੱਥੇ ਲੇਖਕ ਵਾਪਸ ਆਂਦਾ ਜਦੋਂ ਚਰਨਾ ਆਪਣੇ ਮਰੇ ਹੋਏ ਭਰਾ ਬਿੱਕਰ ਦੇ ਕਮਰੇ ਵਿੱਚ ਖੜਾ ਹੈ ਪੜਦੇ ਹੋਂਕਾ ਤਾਂ ਚਰਨੇ ਨੇ ਵੀ ਭਰਿਆ ਹੈ ਬਿੱਕਰ ਦੀ ਅੱਧੀ ਪਾੜੀ ਹੋਈ ਫੋਟੋ ਵਾਲ ਦੇਖਦੇ ਆਂ ਮਨਜੀਤ ਤੇ ਬਿੱਕਰ ਦੀ ਇਕੱਠੀ ਫੋਟੋ ਸੀ ਬਿੱਕਰ ਦੇ ਮਰਨ ਬਾਅਦ ਬਚਨ ਸਿੰਘ ਨੇ ਮਨਜੀਤ ਵਾਲਾ ਅੱਧ ਪਾੜ ਕੇ ਟੋਕੜੇ ਕਰ ਦਿੱਤਾ ਸੀ ਉਸ ਅੱਧ ਦੇ ਨਾਲ ਹੀ ਮਨਜੀਤ ਦੇ ਮੋਢੇ ਤੋਂ ਬਲਾਈ ਬਿੱਕਰ ਦੀ ਸੱਜੀ ਬਾਹ ਵੀ ਉਹਨਾਂ ਟੋਕੜਿਆਂ ਵਿੱਚ ਹੀ ਚਲੀ ਗਈ ਸੀ ਸੋ ਮਨਜੀਤ ਦੇ ਉੱਤੇ ਆਪਣੇ ਮਿੱਤਰ ਬਿੱਕਰ ਨੂੰ ਮਾਰਨ ਦਾ ਦੋਸ਼ ਲੱਗਦਾ ਸੋ ਉਸ ਤੋਂ ਬਾਅਦ ਪਰਿਵਾਰਕ ਜੀ ਮਨਜੀਤ ਤੇ ਬਿੱਕਰ ਦੀ ਜਿਹੜੀ ਇਕੱਠੀ ਫੋਟੋ ਹੈ ਉਹਨੂੰ ਪਾੜ ਦਿੰਦੇ ਆ ਤੇ ਮਨਜੀਤ ਵਾਲੀ ਫੋਟੋ ਜਦੋਂ ਪਾੜ ਦਿਆ ਤਾਂ ਉਹਦੇ ਨਾਲ ਹੀ ਬਿੱਕਰ ਦੀ ਇੱਕ ਬਾਹ ਉਸ ਫੋਟੋ ਦੇ ਟੁਕੜਿਆਂ ਦੇ ਵਿੱਚ ਹੀ ਪਾੜੀ ਜਾਂਦੀ ਹੈ ਸੋ ਚਰਨਾ ਜਦੋਂ ਫੋਟੋ ਵੱਲ ਦੇਖ ਰਿਹਾ ਹੁੰਦਾ ਹੈ ਤਾਂ ਐਨੇ ਨੂੰ ਬਾਹਰੋਂ ਆਵਾਜ਼ ਆਉਂਦੀ ਹੈ ਪੜਦੇ ਆ ਬਾਹਰ ਰੁਕਦੇ ਸਕੂਟਰ ਦੀ ਆਵਾਜ਼ ਸੁਣ ਕੇ ਚਰਨੇ ਨੇ ਕਾਲੀ ਨਾਲ ਅੱਖਾਂ ਪੁੰਝੀਆਂ ਤੇ ਬਾਹਰ ਨਿਕਲ ਆਇਆ ਬਚਨ ਸਿਉਂਦੇ ਨਾਲ ਜੈਲਾ ਸੀ ਜੈਲਾ ਬਿਕਰ ਹੋਰਾਂ ਦੀ ਭੂਆ ਦਾ ਵੱਡਾ ਪੁੱਤਰ ਸੀ ਬਾਹਰ ਅੰਦਰ ਫਿਰਿਆ ਹੋਣ ਕਰਕੇ ਬਿਕਰ ਵਾਲੇ ਕੇਸ ਦੀ ਜ਼ਿਆਦਾਤਰ ਪੈਰਵੀ ਵਿੱਚ ਇਹਦਾ ਹੀ ਹੱਥ ਸੀ ਉਂਝ ਵੀ ਬਿਕਰ ਹੋਰਾਂ ਦੀ ਮਦਦ ਫੁੱਫੜ ਹੋਰਾਂ ਨੇ ਹੋਰ ਕਿਸੇ ਤੋਂ ਵੀ ਵੱਧ ਕੀਤੀ ਸੀ ਸਵੇਰੇ ਫੁੱਫੜ ਗਿਆ ਸੀ ਅਤੇ ਹੁਣ ਜੈਲਾ ਆ ਗਿਆ ਸੀ ਚਰਨੇ ਨੇ ਬਚਨ ਸਿੰਘਾਂ ਦੇ ਚਿਹਰੇ ਤੇ ਜੰਮੀ ਹੋਈ ਧੂੜ ਅਤੇ ਫੈਲੀ ਹੋਈ ਨਿਰਾਸ਼ਾ ਵੇਖੀ ਤਾਂ ਪਿੰਡ ਵਿੱਚ ਹੋ ਰਹੀ ਚਰਚਾ ਉਹਨੂੰ ਸੱਚੀ ਲੱਗੀ ਕੇਸ ਉਹਨਾਂ ਦੇ ਹੱਥੋਂ ਨਿਕਲ ਗਿਆ ਸੀ ਕੀ ਕਹਿੰਦੇ ਵਕੀਲ ਉਹਨਾਂ ਨੂੰ ਪਾਣੀ ਫੜਾਉਂਦੀ ਸ਼ਾਂਤੀ ਨੇ ਰਵਾਜ਼ਨ ਹੀ ਪੁੱਛਿਆ ਵਕੀਲ ਨੇ ਕੀ ਕਹਿਣਾ मामੀ ਜਦ ਗਵਾਹਾਂ ਦੀ ਉਹ ਹੀ ਬੇੜੀ ਬਹਿ ਗਈ ਦੱਸਿਆ ਹੀ ਹੋ मामੇ ਹੋਰਾਂ ਨੇ ਪਿਛਲੀ ਤਰੀਕ ਤੇ ਦੋ ਹੀ ਉਖੜ ਗਏ ਸਾਲੇ ਜਵਾਬ ਜੈਲੇ ਨੇ ਦਿੱਤਾ ਸੀ ਗਵਾਹ ਕੀ ਕਰਨ ਭਾਈ ਜਦ ਪਾਈ ਝੂਠੇ ਹੋਏ ਸੀ ਮੈਂ ਤਾਂ ਪਹਿਲਾਂ ਹੀ ਕਿਹਾ ਮਨਜੀਤ ਨੇ ਬਿੱਕਰ ਨੂੰ ਕਿਉਂ ਮਾਰਨਾ ਸੀ ਇਹ ਤਾਂ ਹੋਣੀ ਹੋਈ ਐ ਪਰ ਮੇਰੀ ਕੋਈ ਸੁਣੇ ਵੀ ਇੱਥੇ ਸੋ ਹੁਣ ਮਨਜੀਤ ਕਾਤਲ ਐ ਇਸ ਗੱਲ ਨੂੰ ਮੰਨਣ ਦੇ ਲਈ ਸ਼ਾਂਤੀ ਬਿੱਕਰ ਦੀ ਮਾਂ ਰਾਜ਼ੀ ਨਹੀਂ ਐ ਸ਼ਾਂਤੀ ਦੀ ਇਹ ਗੱਲ ਸੁਣ ਕੇ ਬਚਨ ਸਿਓ ਗੁੱਸੇ ਦੇ ਨਾਲ ਬੋਲਦਾ ਕਿਉਂ ਸੁਣਾ ਨੂੰ ਬਚਨ ਕਰਦੀ ਐ ਬਚਨ ਸਿਓ ਉਖੜ ਕੇ ਬੋਲਿਆ ਸੀ ਤੇਰੇ ਹੀ ਕਰੇ ਨੇ ਅੱਖੇ ਆ ਗਿਆ ਮਨਜੀਤ ਸਿਓ ਚਾਹ ਦਿਓ ਦੁੱਧ ਦਿਓ ਕਿਉ ਪਾ ਕੇ ਬਥੇਰਾ ਕਹ ਹੈ ਵੀ ਇਹ ਸਾਰੇ ਕੋੜੇ ਵੀ ਸਕੇ ਹੋਏ ਨੇ ਕਿਸੇ ਦੇ ਪਰ ਕਾਹ ਨੂੰ ਇਹ ਮਾਂ ਪੁੱਤ ਇੱਕੋ ਲੱਤੇ ਰਹੇ ਨੇ ਨਾਲੇ ਜੇ ਕੋੜੇ ਐਡੇ ਹੀ ਸੱਚੇ ਤੀ ਫਿਰ ਪੈਸੇ ਦੇ ਕੇ ਗਵਾਹ ਭੰਨਣ ਦੀ ਕੀ ਲੋੜ ਤੀ ਹੈ ਬਚਨ ਸਿਉਂ ਦੇ ਅੰਦਰ ਕਚਹਿਰੀ ਚ ਸੁਣੀ ਇਹ ਗੱਲ ਸਵੇਰ ਦੀ ਹੀ ਉਬਲੀ ਜਾਂਦੀ ਸੀ ਕਿ ਪੁਲਿਸ ਦੇ ਗਵਾਹ ਪੈਸੇ ਬਿਨਾਂ ਨਹੀਂ ਹਿਲਦੇ ਹੁਣ ਬਾਪ ਦੀ ਇਹ ਗੱਲ ਸੁਣ ਕੇ ਕੋਲੇ ਹੀ ਬੈਠਾ ਚਰਨਾ ਵੀ ਬੋਲ ਪੈਂਦਾ ਕਿਉਂਕਿ ਉਹਨੇ ਵੀ ਪਿੰਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਈਆਂ ਕੀ ਕਹਿੰਦਾ ਪੈਸੇ ਦੇਣ ਵਾਲੀ ਗੱਲ ਭਾਗ ਕਹਿੰਦਾ ਤੀ ਅੱਜ ਗੋਰੇ ਹੂ ਤੇ ਗਵਾਹਾਂ ਨੂੰ ਪੈਸੇ ਦਿੱਤੇ ਨੇ ਕੌੜਿਆਂ ਨੇ ਮੈਂ ਤਾਂ ਸਾਲਾ ਕੌੜਿਆਂ ਦਾ ਬੁੜਾ আর ਮਨਜੀਤ ਦੋਏ ਮਾਰ ਦੇਣੇ ਨੇ ਆਉਣ ਦੇ ਸਾਲੇ ਮੇਰੇ ਨੂੰ ਛੁੱਟ ਕੇ ਚਰਨੇ ਦੀ ਗੁੱਸੇ ਭਰੀ ਆਵਾਜ਼ ਕੰਬ ਗਈ ਸੀ ਹੁਣ ਭਰਾ ਦਾ ਅਗਰ ਕਤਲ ਵਾਕਈ ਮਨਜੀਤ ਨੇ ਕੀਤਾ ਕਿਉਂਕਿ ਉਹ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੋ ਚਰਨੇ ਦਾ ਗੁੱਸਾ ਜਾਇਜ਼ ਹੈ ਹੁਣ ਵਿੱਚੇ ਹੀ ਸ਼ਾਂਤੀ ਬੋਲਦੀ ਉਹਦੀ ਇਹ ਗੱਲ ਸੁਣ ਕੇ ਲੋਕ ਤਾਂ ਲੜਾ ਕੇ ਮਰਾਉਣ ਨੂੰ ਫਿਰਦੇ ਆ ਤੁਹਾਨੂੰ ਅੱਛਾ ਉਹਨਾਂ ਨੇ ਤਾਂ ਤਮਾਸ਼ਾ ਦੇਖਣਾ ਅੱਗੇ ਪਹੀ ਵਾਲੇ ਰੌਲੇ 'ਚ ਨਹੀਂ ਦੇਖਿਆ ਦੋ ਗੱਠੇ ਪਹੀ ਪਿੱਛੇ ਹੀ ਕਿਵੇਂ ਖੰਭ ਪਟਾਏ ਨੇ ਤੁਸੀਂ ਹੁਣ ਇੱਥੇ ਸ਼ਾਂਤੀ ਬਿਲਕੁਲ ਸੱਚੀ ਹੈ ਲੋਕ ਤਾਂ ਜਦੋਂ ਇਹੋ ਜਿਹੇ ਹਾਲਾਤ ਕਿਤੇ ਬਣ ਜਾਣ ਤਾਂ ਉਹ ਤਾਂ ਚੱਕਣ ਵਾਲਿਆਂ 'ਚ ਹੁੰਦੇ ਆ ਗੱਲ ਨੂੰ ਮਟਾਉਣ ਵਾਲਿਆਂ 'ਚੋਂ ਤਾਂ ਹੁੰਦੇ ਨਹੀਂ ਸੋ ਸ਼ਾਂਤੀ ਤਾਂ ਇਹਨਾਂ ਗੱਲਾਂ ਦੇ ਉੱਪਰ ਵਿਸ਼ਵਾਸ ਹੀ ਨਹੀਂ ਕਰਦੀ ਕਿ ਕਿਸੇ ਨੇ ਪੈਸੇ ਦਿੱਤੇ ਜਾਂ ਮਨਜੀਤ ਦੋਸ਼ੀ ਹੋਵੇ ਅੱਗੇ ਹੁਣ ਉਹਦੀ ਇਹ ਗੱਲ ਨੂੰ ਸੁਣ ਕੇ ਬਚਨ ਸਿੰਘ ਫੇਰ ਗੁੱਸੇ ਚ ਬੋਲਦਾ ਤੈਨੂੰ ਲੱਗਦਾ ਹੋਊ ਬੇਕੌੜਿਆ ਨੇ ਪੁੱਣ ਨੂੰ ਛੱਡ ਤਾ ਖੇਤ ਨਾ ਛੱਡ ਦੇ ਅਦਾਲਤ ਸਣੇ ਪਹਿ ਹੀ ਛੁੜਾ ਦਿੰਦੀ ਉਹ ਤਾਂ ਪਹਿ ਹੀ ਵੀ ਵਾਧੂ ਲੈ ਗੇ ਮੈਂ ਉਹ ਬਿੱਕਰ ਦੇ ਮੂੰਹ ਨੂੰ ਚੁੱਪ ਰਿਹਾ ਬਚਨ ਸਿੰਘ ਫੇਰ ਤੜਫ ਕੇ ਬੋਲਿਆ ਸੀ ਉਹ ਕਿਸੇ ਹਾਲਤ ਵੀ ਪਹਿ ਕੌੜਿਆ ਨੂੰ ਦੇਣੀ ਨਹੀਂ ਸੀ ਚਾਹੁੰਦਾ ਪਰ ਬਿੱਕਰ ਦੀ ਕਹੀ ਉਤੋਂ ਉਲੱਦ ਨਹੀਂ ਸੀ ਹੋਈ ਹੁਣ ਇਹ ਉਦੋਂ ਦੀਆਂ ਗੱਲਾਂ ਐ ਜਦੋਂ ਬਿੱਕਰ ਜਿਉਂਦਾ ਸੀਗਾ ਮਨਜੀਤ ਦੀ ਤੇ ਉਹਦੀ ਦੋਸਤੀ ਸੀਗੀ ਸੋ ਉਹਨਾਂ ਦੋਨਾਂ ਨੇ ਹੀ ਇਹ ਜਿਹੜਾ ਰੌਲਾ ਖਤਮ ਕੀਤਾ ਸੀਗਾ ਇਸ ਰੌਲੇ ਬਾਰੇ ਵੀ ਲੇਖਕ ਦੱਸਦਾ ਹੈ ਕੌੜਿਆਂ ਦੇ ਖੂਨ ਨੂੰ ਰਾਹ ਫੇਰ ਪਾ ਕੇ ਆਉਂਦਾ ਸੀ ਸੜਕ ਤੋਂ ਅੱਧਾ ਕਿੱਲਾ ਹਟਵੇਂ ਉਹਨਾਂ ਦੇ ਖੇਤ ਤੋਂ ਪਹਿਲਾਂ ਬਚਨ ਸਿੰਘ ਦੇ ਭਤੀਜੇ ਦੀ ਜ਼ਮੀਨ ਲੱਗਦੀ ਸੀ ਕੌੜਿਆਂ ਨੇ ਮੁੰਡਾ ਹੱਥ ਤੇ ਕਰਿਆ ਤੇ ਅੱਧਾ ਕਿੱਲਾ ਬੈਕ ਰਾ ਕੇ ਸੜਕ ਨਾਲ ਲੱਗਦੇ ਹੋ ਗਏ ਉਹਨਾਂ ਦੀ ਕੋਹ ਪਰਵਾਟ ਬਚ ਗਈ ਸੀ ਪਤਾ ਲੱਗਦੀ ਸਾਰ ਬਚਨ ਸਿੰਘ ਨੇ ਆਪਣੀ ਭਤੀਜ ਨੂੰ ਵਲੋਂ ਕੇਸ ਕਰਵਾ ਕੇ ਸਟੇ ਲੈ ਲਈ ਤੇ ਇੰਤਕਾਲ ਰੁਕ ਗਿਆ ਬਸ ਫਿਰ ਕੀ ਸੀ ਪਹਿਲਾਂ ਹੀ ਕਿੰਨੀ ਵਾਰੀ ਰੜਕੇ ਪਾਣੀ ਵਿੱਚ ਫਿਰ ਤੁਮਦਾਣੀ ਪੈ ਗਈ ਸੀ ਲੰਬੜਦਾਰ ਤੇ ਕੌੜਿਆਂ ਵਿੱਚ ਅਦਾਲਤੀ ਰਸਾਕਸ਼ੀ ਆਮੋ ਸਾਹਮਣੀ ਟੱਕਰ ਦਾ ਖਤਰਾ ਬਣ ਗਈ ਸੀ ਉਦੋਂ ਹੀ ਬਿਕਰ ਤੇ ਮਨਜੀਤ ਨੇ ਹੌਸਲਾ ਕੀਤਾ ਸੀ ਉਹਨਾਂ ਗੱਲ ਵੱਦੀ ਵੇਖ ਕਰਦਿਆਂ ਤੋਂ ਬਾਹਰ ਖੁਦ ਹੀ ਨਿਬੇੜ ਲਈ ਸੀ ਬਿਕਰ ਨੇ ਤਿੰਨ ਗੱਠੇ ਦੀ ਪਹੀ ਛੱਡ ਕੇ ਵਟਪਾ ਦਿੱਤੀ ਸੀ ਤੇ ਮਨਜੀਤ ਨੇ ਬਿਕਰ ਹੋਰਾਂ ਦੇ ਟਰੈਕਟਰ ਨਾਲ ਬਾਕੀ ਬਚਦੀ ਜ਼ਮੀਨ ਵਾਹ ਕੇ ਲੰਬੜਦਾਰ ਦੇ ਭਤੀਜੇ ਦੇ ਖੇਤ ਵਿੱਚ ਮਿਲਾ ਦਿੱਤੀ ਸੀ। ਦੋਹੀ ਘਰਾਂ 'ਇਕਲੇਸ਼ਤਾ ਹੋਇਆ ਸੀ ਪਰ ਮਾਮਲਾ ਇੱਕਦਮ ਨਿਝਠਿਆ ਗਿਆ ਸੀ। ਇਕੱਲਾ ਪਹੀ ਦਾ ਝਗੜਾ ਕੀ ਦੋਹਾਂ ਘਰਾਂ ਵਿੱਚ ਉੱਪਰੋਂ ਦਿਸਦਾ ਵਿਰੋਧ ਵੀ ਬਹੁਤ ਹੱਦ ਤੱਕ ਬਿਕਰ ਤੇ ਮਨਜੀਤ ਦੀ ਦੋਸਤੀ ਦੇ ਸੇਕ ਵਿੱਚ ਪਿਗਲ ਗਿਆ ਸੀ। ਸੋ ਇਸ ਤਰ੍ਹਾਂ ਜ਼ਮੀਨ ਦਾ ਰੌਲਾ ਪਿਆ ਤੇ ਇਸ ਤਰ੍ਹਾਂ ਉਹਨਾਂ ਦੋਨਾਂ ਮਿੱਤਰਾਂ ਨੇ ਇਹਨੂੰ ਸੁਲਝਾ ਵੀ ਲਿਆ। ਸੋ ਇਹਨਾਂ ਦੇ ਵਿੱਚ ਜੋ ਆਪਸੀ ਦੁਸ਼ਮਣੀ ਸੀਗੀ ਉਹ ਵੀ ਕਿਤੇ ਨਾ ਕਿਤੇ ਨਰਮ ਪਈ ਪਰ ਬਿੱਕਰ ਦੀ ਮੌਤ ਬਿਜਲੀ ਬਣ ਕੇ ਡਿਗੀ ਸੀ ਦੋਹਾਂ ਘਰਾ ਤੇ ਇੱਕ ਦਾ ਮਰ ਗਿਆ ਦੂਜੇ ਦਾ ਅੰਦਰ ਹੋ ਗਿਆ ਮਰਿਆ ਬਰਾਬਰ ਮਰਿਆ ਬਰਾਬਰ ਤਾਂ ਸ਼ਾਂਤੀ ਵੀ ਹੋ ਗਈ ਹੋ ਗਈ ਹੈ ਚਰਨੇ ਦੀ ਗੱਲ ਸੁਣ ਕੇ ਮਰਨ ਮਾਰਨ ਤੇ ਉਤਾਰੂ ਹੋਇਆ ਚਰਨਾ ਜੈਲੇ ਨੂੰ ਕਹਿ ਰਿਹਾ ਹੈ ਥੋਡੇ ਵਾਲੀ 12 ਬੋਰ ਕਿੱਥੇ ਆ ਅੱਜੇ ਦੇ ਲਿਆ ਕੇ ਆਪਾਂ ਨਹੀਂ ਕੱਲ ਨੂੰ ਤਰੀਕ ਤੇ ਜਾਣਾ ਇੱਥੇ ਉਡੀਕੂ ਰਾਤ ਨੂੰ ਘਰ ਬੈਠੇ ਨੂੰ ਉਡਾਉਂ ਮੇਰੇ ਸਾਲੇ ਨੂੰ ਨਾ ਵਿਚਾਰਨੇ ਆ ਨਾ ਮੇਰਾ ਪੁੱਤ ਐ ਨਹੀਂ ਕਹੀਦਾ ਲੋਕ ਤਾਂ ਭੌਂਕਦੇ ਹੀ ਹੁੰਦੇ ਆ ਭੌਂਕੀ ਤਾਂ ਤੂੰ ਜਾਣੀ ਆ ਹੁਣ ਅੱਛਾ ਮੇਰੇ ਤਾਂ ਆਪ ਸਵੇਰ ਦੀ ਅੱਗ ਲੱਗੀ ਹੋਈ ਐ ਮੇਰਾ ਪੁੱਤ ਮਾਰ ਕੇ ਕੌੜਿਆਂ ਦਾ ਜਰ ਹੋਜੂ ਇੱਕ ਕੱਢੀ ਫਿਰਦਾ ਮੈਂ ਤਾਂ ਆਪ ਫਿਰਦਾ ਮੈਂ ਤਾਂ ਆਪ ਫਿਰਦਾ ਦੀ ਹਥਿਆਰ ਦਾ ਪ੍ਰਬੰਧ ਕਰਨ ਨੂੰ ਲੰਬੜਦਾਰ ਬੋਲਦਾ ਬੋਲਦਾ ਲਾਲ ਹੋ ਗਿਆ ਸੀ ਹਥਿਆਰ ਦਾ ਪ੍ਰਬੰਧ ਕਰਕੇ ਦੇਣੇ ਵਾਲੇ ਤਾਂ ਬਥੇਰੇ ਮਿਲ ਜਾਣਗੇ ਪਰ ਬਿੱਕਰ ਦੇ ਬਾਪੂ ਤੂੰ ਤਾਂ ਸਿਆਣਾ ਬਣ ਜਲਣਾ ਤਾਂ ਮੁਰਦੇ ਨਹੀਂ ਐ ਕਾਨੀਆਂ ਦਾ ਸਾਥ ਤਾਂ ਚਿਤਾ ਤੱਕ ਹੁੰਦਾ ਨਾਲ ਕੋਈ ਨਹੀਂ ਜਲਦਾ ਸ਼ਾਂਤੀ ਕਿਵੇਂ ਨਾ ਕਿਵੇਂ ਇਸ ਭਾਣੇ ਨੂੰ ਰੋਕੂ ਸੀ ਕਿਉਂਕਿ ਜੇਕਰ ਹੁਣ ਇੱਕ ਪੁੱਤ ਮਰ ਗਿਆ ਦੂਜਾ ਪੁੱਤ ਕਤਲ ਕਰ ਦੇਵੇ ਕਿਸੇ ਦਾ ਤਾਂ ਫੇਰ ਘਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਣਾ ਸ਼ਾਂਤੀ ਸਿਆਣੀ ਐ ਸੋ ਇਸ ਸਾਰੀ ਗੱਲ ਨੂੰ ਸੰਭਾਲਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਐ ਮੁਰਦੇ ਨੂੰ ਤਾਂ ਜਲਣਾ ਹੀ ਪੈਣਾ ਮਾਮੀ ਨਹੀਂ ਜਲੂ ਤਾਂ ਕੌ ਕੁੱਤੇ ਚੂੰਡ-ਚੂੰਡ ਖਾ ਜਾਣਗੇ ਜੈਲੇ ਨੇ ਸ਼ਾਂਤੀ ਦੀ ਗੱਲ ਥਾਂ ਹੀ ਕੱਟ ਦਿੱਤੀ ਸੀ ਸਮਝੌਤੇ ਜਾਂ ਨਰਮਾਈ ਦੀ ਹਰ ਗੱਲ ਉਹਨੇ ਕਟਣੀ ਹੀ ਕਟਣੀ ਸੀ ਗਵਾ ਟੁੱਟਣ ਮਗਰੋਂ ਜਦੋਂ ਤੋਂ ਮੁਕਦਮੇ ਦਾ ਰੁਖ ਪਲਟ ਗਿਆ ਸੀ ਉਹ ਤੇ ਉਹਦਾ ਬਾਪੂ ਅੰਦਰੋਂ ਅੰਦਰੀ ਚਰਨੇ ਹੱਥੋਂ ਮਨਜੀਤ ਦੇ ਕਤਲ ਦੀ ਤਿਆਰੀ ਕਰਦੇ ਰਹੇ ਸਨ ਸੋ ਫੁੱਫੜ ਤੇ ਉਹਦਾ ਪੁੱਤ ਦੋਨੋਂ ਚਾਹੁੰਦੇ ਆ ਕਿ ਚਰਨਾ ਮਨਜੀਤ ਨੂੰ ਮਾਰ ਦਵੇ ਹੁਣ ਇਹਦੇ ਪਿੱਛੇ ਵੀ ਕੋਈ ਕਾਰਨ ਪੜਦੇ ਆ ਅੱਜ ਸਵੇਰੇ ਤੁਰਨ ਵੇਲੇ ਵੀ ਬਾਪੂ ਨੇ ਉਹਨੂੰ ਕਿਹਾ ਸੀ ਜੈਲਿਆ ਹੁਣ ਮੌਕਾ ਹੈ ਜੇ ਚਰਨੇ ਤੋਂ ਕਰ ਕਰਾ ਦਵੇਂ ਕੁਝ ਸਿੱਧਾ 20 ਸਾਲੀ ਚ ਠੋਕੂ ਮਗਰੋਂ ਸਭ ਕੁਝ ਥੋੜਾ ਹੀ ਐ ਤਿੰਨ ਭਾਈਆਂ ਦਾ ਮौज ਕਰਿਓ ਸੋ ਇਸ ਕਰਕੇ ਫੁੱਫੜ ਆਪਣੇ ਪੁੱਤ ਜੈਲੇ ਨੂੰ ਉਕਸਾ ਰਿਹਾ ਕਿ ਉਹ ਚਰਨੇ ਦੇ ਹੱਥੋਂ ਮਨਜੀਤ ਨੂੰ ਮਰਵਾ ਦੇ ਤਾਂ ਕਿ ਜਦੋਂ 20 ਸਾਲ ਦੇਲੇ ਅੰਦਰ ਜਾਏਗਾ ਤਾਂ ਸਾਰੀ ਖੇਤੀਬਾੜੀ ਜ਼ਮੀਨ ਜਾਇਦਾਦ ਉਹਦੇ ਭਰਾਵਾਂ ਦੀ ਮਤਲਬ ਜੈਲੇ ਦੇ ਭਰਾਵਾਂ ਦੀ ਹੋਏਗੀ ਫੁੱਫੜ ਦੇ ਪੁੱਤਾਂ ਦੀ ਹੋਏਗੀ ਭੰਡਣ ਤੋਂ ਤਾਂ ਲੋਕ ਮੇਰੇ ਸਾਲੇ ਦੇ ਚੰਗੇ ਭਲੇ ਨਹੀਂ ਹਟਦੇ ਫਿਰ ਕਿਨੇ ਵਾਕਸ਼ਣ ਤੂੰ ਰਫਲ ਵਾਲੀ ਗੱਲ ਕਰ ਚਰਨਾ ਆਪਣੀ ਥਾਂ ਅੜਿਆ ਖੜਾ ਸੀ ਰਫਲਾ ਬੜੀਆਂ ਪਿਸਤੌਲ ਤਾਂ ਨਜਾਇਜ਼ ਵੀ ਮਿਲ ਜੋ ਇੱਕ ਹੈਗੇ ਆ ਬੰਦੇ ਆਪਣੇ ਕੋਲ ਪਰ ਨਾਲ ਪੇਟ ਦਾ ਚਰਨਾ ਜੈਲੇ ਦੇ ਸਕੂਟਰ ਤੇ ਜਾ ਬੈਠਿਆ ਸੀ ਮੰਜੇ ਦੀ ਬਾਹੀ ਤੇ ਇੱਕ ਪੈਰ ਟਿਕਾਈ ਤੇ ਹੱਥਾਂ ਚ ਚਾਹ ਵਾਲੇ ਗਲਾਸ ਫੜੀ ਖੜੀ ਸ਼ਾਂਤੀ ਉਹਨੂੰ ਆਵਾਜ਼ਾਂ ਮਾਰਦੀ ਹੀ ਰਹਿ ਗਈ ਸੀ ਇਸ ਤਰ੍ਹਾਂ ਹੀ ਬਿਕਰ ਨੇ ਵੀ ਦਸਹਰੇ ਵਾਲੇ ਦਿਨ ਉਸ ਦੀ ਆਵਾਜ਼ ਦੀ ਪਰਵਾਹ ਨਹੀਂ ਸੀ ਕੀਤੀ ਹੁਣ ਲੇਖਕ ਵਾਪਸ ਸਾਨੂੰ ਦੱਸਣ ਲੱਗਿਆ ਕਿ ਬਿਕਰ ਦੀ ਮੌਤ ਕਿਸ ਤਰ੍ਹਾਂ ਨਾਲ ਹੋਈ ਸੀ ਦਸਾਂ ਨਰਾਤਿਆਂ ਦਾ ਮੱਥਾ ਟੇਕ ਕੇ ਥਾਲੀ ਵਿੱਚ ਪਾਏ ਚੌਲ ਹੱਥਾਂ 'ਚ ਫੜੀ ਉਹ ਆਵਾਜ਼ਾਂ ਮਾਰਦੀ ਹੀ ਰਹਿ ਗਈ ਸੀ ਬਿਕਰ ਦੇਲੀ ਲੰਗ ਬਾਹਰ ਖੜੇ ਮਨਜੀਤ ਦੇ ਸਕੂਟਰ ਤੇ ਜਾ ਬੈਠਿਆ ਸੀ ਉਹਨਾਂ ਦੀ ਆਕਾਸ਼ਣੀ ਪੱਗਾਂ ਤੇ ਉਸੇ ਰੰਗ ਦੀਆਂ ਸ਼ਰਟਾਂ 'ਚ ਗੋਰੇ ਨਿਸ਼ੋ ਚਮਕਦੇ ਚਿਹਰੇ ਵੇਖ ਸ਼ੰਤੀ ਨੇ ਸੱਤ ਵਾਰ ਧਰਤੀ ਨਿਸ਼ਕਾਰੀ ਸੀ ਸ਼ਹਿਰ じゃ ਉਹਨਾਂ ਹਰ ਸਾਲ ਵਾਂਗ ਪਹਿਲਾਂ ਪਿਕਚਰ ਵੇਖੀ ਸੀ ਤੇ ਫਿਰ ਠੇਕੇ ਮੋਰੇ ਲੱਗੀ ਗਾਉਣ ਵਾਲੀ ਸੁਣਦਿਆਂ ਸੁਣਦਿਆਂ ਆਪਣਾ ਸ਼ਰਾਬ ਦਾ ਕੋਟਾ ਪੂਰਾ ਕਰਕੇ ਬਿੱਕਰ ਸ਼ਰਾਬੀ ਹੋ ਗਿਆ ਸੀ। ਮਨਜੀਤ ਨੇ ਉਹਨੂੰ ਬਾਹੋਂ ਫੜ ਮਸਾਂ ਤੋਰਿਆ ਸੀ। ਥੋੜੇ-ਮੋٹے ਫਰਕ ਨਾਲ ਹਰ ਸਾਲ ਇਵੇਂ ਹੁੰਦੀ ਸੀ। ਮਨਜੀਤ ਅੱਧਾ ਮੇਲਾ ਵੇਖਦਾ ਤੇ ਅੱਧ 'ਚ ਬਿੱਕਰ ਨੂੰ ਸਾਹਮਦਾ। ਆਪਣੇ ਪੈਰਾਂ ਤੋਂ ਹਿੱਲਿਆ ਬਿੱਕਰ ਰੋਕਦੇ-ਰੋਕਦੇ ਵੀ ਸਕੂਟਰ ਤੇ ਬੋਤਲ ਰੱਖੀ, दारू ਪੀਂਦੇ ਮੁੰਡਿਆਂ 'ਚ ਜਾ ਵਜਿਆ ਸੀ। ਰਾਹ ਤਾਂ ਇਧਰੋਂ ਦੀ ਜਾਂਦਾ ਹੈ। ਬਾਈ ਜਿਆਦਾ ਹੋ ਗਿਆ ਲੱਗਦਾ। ਡਿੱਗਦੀ ਬੋਤਲ ਬੋਚਦਿਆਂ ਸਕੂਟਰ ਵਾਲੇ ਮੁੰਡੇ ਨੇ ਸਹਿਜਪਾ ਮੁਖੌਲ ਚ ਕਿਹਾ ਸੀ। ਕਿਉਂ ਜਿਆਦਾ ਤੇਰੇ ਪਿਓ ਦੀ ਪੀਕੇ ਹੋਇਆ ਪੱਲਿਓਂ ਪੈਸੇ ਖਰਚੇ ਮੇਰਾ ਸਾਲਾ ਰਾਹ ਦੱਸਦਾ ਮਨਜੀਤ ਦੇ ਕੁਝ ਵੀ ਬੋਲਣ ਤੋਂ ਪਹਿਲਾਂ ਬਿਕਰ ਉਹਨਾਂ ਦੋਹਾਂ ਨਾਲ ਉਲਝ ਗਿਆ ਸੀ ਉਹਨਾਂ ਨੂੰ ਸਮਝਾਉਂਦਾ ਮਨਜੀਤ ਬਿਕਰ ਨੂੰ ਮਸਾ ਹੀ ਉੱਥੋਂ ਤੋੜ ਸਕਿਆ ਸੀ ਉਹਦੇ ਗਲ ਵਿੱਚ ਪਈ ਪੱਗ ਨੂੰ ਠੀਕ ਕਰਨ ਲਈ ਮਨਜੀਤ ਨੇ ਹੱਥ ਵਧਾਇਆ ਹੀ ਸੀ ਕਿ ਬਿਕਰ ਉਹਦੇ ਗਲ ਪੈ ਗਿਆ ਤੂੰ ਸਾਲਿਆ ਕੌੜਿਆ ਪਿੱਛੇ ਹਟਦਾ ਹੁਣ ਉਹ ਮੇਰੇ ਸਾਲੇ ਮੇਰੀ ਬੇਇੱਜ਼ਤੀ ਕਰ ਗਏ ਮੈਂ ਤਾਂ ਹੁਣੇ ਟਕਰੂ ਸਾਲਿਆਂ ਨੂੰ ਉਹ ਕੋਈ ਨਹੀਂ ਆਪਣੀ ਕੀ ਵਟ ਵਾ ਲਈ ਉਹਨਾਂ ਨੇ ਉੱਚਾਲੇ ਇਥੋਂ ਮਨਜੀਤ ਕਿਵੇਂ ਨਾ ਕਿਵੇਂ ਉਹਨੂੰ ਪਰੇ ਕਰਨਾ ਚਾਹੁੰਦਾ ਸੀ ਦਿਗਦੇ ਟੈਂਦੇ ਉਹ ਇਕੱਠ ਚੋਂ ਬਾਹਰ ਆਏ ਤਾਂ ਬਿਕਰ ਦਾ ਨਸ਼ਾ ਅਜੇ ਵੀ ਗੁੱਸੇ ਵਿੱਚ ਉਪੜ ਰਿਹਾ ਸੀ ਕਿੰਨੀ ਹੀ ਦੇਰ ਹੋ ਫੜ ਫੜ ਰੱਖਦੇ ਮਨਜੀਤ ਨੂੰ ਤੋੜ ਤੋੜ ਸੁੱਟਦਾ ਤੇ ਮਨਜੀਤ ਉਹਨੂੰ ਤੋੜ ਤੋੜ ਸੁੱਟਦੇ ਨੂੰ ਫੜਦਾ ਰਿਹਾ ਸੀ ਸ਼ਰਾਬੀ ਹੋਇਆ ਬਿਕਰ ਕਿੰਨੀਆਂ ਹੀ ਗਾਲਾਂ ਕੌੜਿਆਂ ਦੇ ਖਾਨਦਾਨ ਨੂੰ ਵੀ ਕੱਢਦਾ ਰਿਹਾ ਸੀ ਆਲੇ ਦੁਆਲੇ ਹੋ ਰਹੇ ਇਕੱਠ ਨੇ ਮਨਜੀਤ ਦੀ ਖਿਜ ਨੂੰ ਜ਼ਰਬ ਦੇ ਦਿੱਤੀ ਸੀ ਸੋ ਹੁਣ ਇੱਥੇ ਮਨਜੀਤ ਨੂੰ ਵੀ ਗੁੱਸਾ ਆ ਜਾਂਦਾ ਕਿਉਂਕਿ ਉਹ ਉਹਦੇ ਖਾਨਦਾਨ ਨੂੰ ਗਾਣਾ ਕੱਢ ਰਿਹਾ ਹੈ ਕੀ ਹੁੰਦਾ ਚੱਲ ਮਾਰ ਜਿਹਦੇ ਚ ਟੱਕਰ ਮਾਰਨੀ ਹੈ 20 ਵਾਰ ਕਿਹਾ ਬਿੱਕਰ ਮਾਰ ਲਿਆ ਕਰ ਖਿਜ ਕੇ ਮਨਜੀਤ ਨੇ ਪੋਲਾ ਜਿਹਾਂ ਧੱਕਾ ਬਿੱਕਰ ਨੂੰ ਦੇ ਦਿੱਤਾ ਸੀ ਪਹਿਲਾਂ ਹੀ ਪੈਰੋਂ ਓਖੜਿਆ ਹੋਇਆ ਬਿੱਕਰ ਸੰਭਲ ਨਹੀਂ ਸੀ ਸਕਿਆ ਉਸ ਦਾ 6 ਫੁੱਟਾ ਕਸਰਤੀ ਸਰੀਰ ਦੂਰ ਤੱਕ ਲਹਿਰਾ ਕੇ ਸੜਕ ਕਿਨਾਰੇ ਪੇ ਸਾਈਕਲਾਂ ਤੇ ਜਾ ਡੇ ਗਿਆ ਸੀ ਵਾਤਾਵਰਣ ਵਿੱਚ ਗੂੰਜੀ ਰੂ ਕੰਬਾਉ ਚੀਕ ਨੇ ਡਿਗੇ ਬਿੱਕਰ ਵੱਲ ਵਾਧੇ ਮਨਜੀਤ ਦੇ ਕਦਮ ਕੰਬਾ ਦਿੱਤੇ ਸਨ ਉਹਨਾਂ ਦੇ ਆਲੇ ਦੁਆਲੇ ਆਵਾਜ਼ਾਂ ਦਾ ਸ਼ੋਰ ਉੱਚਾ ਉੱਠਿਆ परਮਨਜੀਤ ਦੇ ਅੰਦਰ ਜਿਵੇਂ ਦੂਰ ਤੱਕ ਇੱਕ ਖਾਮੋਸ਼ੀ ਫਸਰ ਗਈ ਸੀ ਬਿੱਕਰ ਦਾ ਸਿਰ ਚੁੱਕਣ ਲੱਗੇ ਮਨਜੀਤ ਦੇ ਹੱਥਾਂ ਦੇ ਨਾਲ ਹੀ ھیਠ ਪਿਆ ਸਾਈਕਲ ਵੀ ਉੱਚਾ ਉੱਠਿਆ ਸੀ ਸਾਈਕਲ ਦੇ ਪੈਡਲ ਦੀ ਟੁੱਟੀ ਹੋਈ ਕਿਲੀ ਬਿੱਕਰ ਦੀ ਪੋੜਪੜੀ ਵਿੱਚ ਡੂੰਗੀ ਜਾਤਾ ਸੀ ਸੀ ਸੋ ਇਸ ਤਰ੍ਹਾਂ ਬਿੱਕਰ ਦੀ ਮੌਤ ਹੁੰਦੀ ਹੈ ਜਿਹਦੇ ਲਈ ਜੇਕਰ ਦੇਖਿਆ ਜਾਵੇ ਤਾਂ ਮਨਜੀਤ ਦੋਸ਼ੀ ਨਹੀਂ ਹੈ ਡੋਰ ਪਾਰ ਹੋਏ ਬਿੱਕਰ ਨੂੰ ਸਾਂਭਣ ਦਾ ਯਤਨ ਕਰਦੇ ਮਨਜੀਤ ਨੂੰ ਦੋ ਬੰਦਿਆਂ ਨੇ ਥੰਮਿਆ ਸੀ ਬਿੱਕਰ ਦੇ ਬੇਜਾਨ ਸਿਰ ਚੌਕੀਲੀ ਵੀ ਪੁਲਿਸ ਨਹੀਂ ਆ ਕੇ ਕੱਢੀ ਸੀ ਬਿਕਰ ਦੀ ਦੇਹ ਨੂੰ ਸਿਵਲ ਹਸਪਤਾਲ ਅਤੇ ਮਨਜੀਤ ਨੂੰ ਥਾਣੇ ਪਹੁੰਚਾ ਦਿੱਤਾ ਗਿਆ ਸੀ ਐਨ ਉਦੋਂ ਜਦੋਂ ਤਰੇੜਿਓਂ ਤਰੇੜੀ ਹੋਏ ਮਨਜੀਤ ਦੇ ਬਿਆਨ ਲਏ ਜਾ ਰਹੇ ਸਨ ਥਾਣੇ ਨੂੰ ਸੁਨੇਹਾ ਲੈ ਕੇ ਗਿਆ ਸਿਪਾਹੀ ਲੰਬੜਦਾਰ ਦੇ ਦਰਾਂ ਤੇ ਦਸਤਕ ਦੇ ਰਿਹਾ ਸੀ ਖੀਰ ਧਰਨ ਲਈ ਚੌਲ ਚੁਗ ਦੀ ਸ਼ਾਂਤੀ ਦੀ ਰੱਖੀ ਥਾਲੀ ਫੇਰ ਥਾਂੇ ਹੀ ਰਹਿ ਗਈ ਸੀ ਲੰਬੜਦਾਰ ਅਤੇ ਕੋੜੇ ਇਕੱਠੇ ਹੀ ਪਿੰਡੋਂ ਤੁਰੇ ਸਨ ਪਰ ਸ਼ਹਿਰ ਵੱਧਦੇ ਆ ਹੀ ਉਹਨਾਂ ਦੇ ਰਾਹ ਪਾਟ ਗਏ ਸਨ ਲੰਬੜਦਾਰ ਹੋਰੀ ਹਸਪਤਾਲ ਅਤੇ ਕੌੜਿਆਂ ਦਾ ਲਾਣਾ ਥਾਣੇ ਦੇ ਰਾ ਪੈ ਗਿਆ ਸੀ ਮੌਕੇ ਤੋਂ ਕੀਤੀ ਪੁੱਛਗਿੱਛ ਅਤੇ ਹਾਲਾਤ ਮਨਜੀਤ ਦੇ ਬਿਆਨ ਦੀ ਤਸਦੀਕ ਕਰਦੇ ਸਨ ਇਸੇ ਲਈ ਥਾਣੇਦਾਰ ਨਰਮਾਈ ਨਾਲ ਬੋਲਿਆ ਸੀ ਕਸੂਰ ਤਾਂ ਨਹੀਂ ਤੁਹਾਡੇ ਮੁੰਡੇ ਦਾ ਲੱਗਦਾ ਪਰ ਫਿਰ ਵੀ ਮੌਤ ਮੇਲੇ 'ਚ ਹੋਈ ਹੈ ਕਾਗਜ਼ਾਂ ਦਾ ਢਿੱਡ ਤਾਂ ਭਰਨਾ ਹੀ ਪਊ ਤੁਸੀਂ ਸਰਦਾਰ ਜੀ ਦੂਜੇ ਮੁੰਡੇ ਦੀ ਮਿੱਟੀ ਕਿਉਂ ਟਕ ਕੇ ਆ ਜਿਓ ਥਾਣੇਦਾਰ ਨੂੰ ਉਹਨਾਂ ਦੀ ਆਪਸੀ ਖੈ ਬਾਜੀ ਦਾ ਭੇਤ ਨਹੀਂ ਸੀ ਪਰ ਫੇਰ ਵੀ ਥਾਣੇ ਤੋਂ ਬਾਹਰ ਤੱਕ ਉਹਨਾਂ ਦੇ ਨਾਲ ਆਇਆ ਸਿਪਾਹੀ ਹੌਲੀ ਦੇ ਕੇ ਕਹਿ ਗਿਆ ਸੀ ਥਾਣੇਦਾਰ ਉਹ ਤਾਂ ਚੰਗਾ ਬੰਦਾ ਹੈ ਪਰ ਤੁਸੀਂ ਸਿਆਣੇ ਹੋ ਟੋਬੇ 'ਚ ਇੱਟ ਹੈ ਸੁੱਕੀ ਤਾਂ ਨਿਕਲਦੀ ਨਹੀਂ ਸੋ ਇੱਥੇ ਹੁਣ ਉਹ ਵੇਚਾਲੀ ਗੱਲ ਦੱਸ ਦਿੰਦਾ ਕਿਉਂਕਿ ਆਪਣੇ ਇੱਧਰ ਇੱਧਰ ਚੱਲਦਾ ਹੈ ਰਿਸ਼ਵਤ ਖੋਰੀ ਚੱਲਦੀ ਹੈ ਸੋ ਇੱਥੇ ਉਹਨੇ ਇੱਕ ਇਸ਼ਾਰਾ ਦੇ ਦਿੱਤਾ ਇਸ ਤਰ੍ਹਾਂ ਟੋਬੇ 'ਚ ਡਿੱਗੀ ਇੱਟ ਉਵੇਂ ਛੱਡ ਕੇ ਦੋਵੇਂ ਤਰ੍ਹਾਂ ਫਿਰ ਹਸਪਤਾਲ ਵਿੱਚ ਇਕੱਠੀਆਂ ਹੋ ਗਈਆਂ ਸਨ ਪੋਸਟਮਾਰਟਮ ਤੋਂ ਬਾਅਦ Laash ਮਿਲਦੇ ਕਰਦੇ ਨੇਰਾ ਹੋ ਗਿਆ ਸੀ ਉਸ ਰਾਤ ਪਹਿਲੀ ਵਾਰ ਮਨਜੀਤ ਤੋਂ ਬਿਨਾਂ ਕੌੜਿਆਂ ਦਾ ਕੋਈ ਜੀ ਮਨਜੀਤ ਦਾ ਬਾਪੂ ਲੰਬੜਦਾਰ ਦੇ ਘਰ ਰਾਤ ਪਰ ਰਿਹਾ ਸੀ ਬਿੱਕਰ ਦੀ Laash ਦੇ ਸਰਾਣੇ ਥਾਣੇਦਾਰ ਨੇ ਮਨਜੀਤ ਦੇ ਬਿਆਨ ਤੇ ਇਤਬਾਰ ਕਰ ਲਿਆ ਸੀ ਪਰ ਲੋਕਾਂ ਲਈ ਗੱਲ ਐਨੀ ਛੋਟੀ ਨਹੀਂ ਸੀ ਕਮਲਿਆ ਬੰਦਾ ਕਿਤੇ ਮਿੱਟੀ ਦਾ ਬਣਿਆ ਹੁੰਦਾ ਬਈ ਕਿਲੀ ਨਾਲੇ ਮਰਜੂ ਗੋਰੇ ਖੂ ਦੀ ਸਾਥ ਚ ਭਾਗ ਨੇ ਸ਼ੱਕ ਦਾ ਬੀਜ ਬੀਜੀ ਆ ਸੀ ਗੱਲ ਐ ਆ ਨਾ ਮੇਰਾ ਰੌਣੀ ਜਰਦੇ ਚ ਕਲੀ ਦੀ ਚੁੰਡੀ ਮਿਲਾਉਂਦਿਆਂ ਬੋਲਿਆ ਸੀ ਨਾਲੇ ਬਿਕਰ ਤਾਂ ਚੋਂ ਬੰਦਿਆਂ ਦਾ ਕੁੱਟਿਆ ਨਹੀਂ ਤੀ ਮਰਦਾ ਮੈਨੂੰ ਤਾਂ ਸਬੱਬੇ ਕੋਈ ਹੋਰ ਲੱਗਦਾ ਬਈ ਮੱਗਰ ਨੇ ਬੋਲਣ ਲੱਗੇ ਉੱਠਦਿਆਂ ਰਲੇ ਬੁੜੇ ਦਾ ਹੱਥ ਥਾਂੇ ਫੜਦਿਆਂ ਕਿਹਾ ਸੀ ਉਸ ਸਬਬ ਹੋਰ ਕੀ ਹੋਣਾ ਬੈਠਾ ਨਹੀਂ ਸੰਤੋਖਾ ਕੋੜਾ ਆਪਣਾ ਬਦਲਾ ਲੈਣ ਨੂੰ ਪੋਤਾ ਸ਼ਿੰਗਾਰ ਲਿਆ ਭਾਗ ਦੇ ਬੋਲ ਇੱਟ ਵਾਂਗ ਗੋਰੇ ਖੂ ਦੇ ਪਾਣੀ ਚ ਡੇਗੇ ਸਨ ਪਾਣੀ ਦੀ ਛੱਲ ਨਾਲ ਕੌੜਿਆਂ ਤੇ ਲੰਬੜਾਂ ਦੀ 20 ਸਾਲ ਪੁਰਾਣੀ ਦੁਸ਼ਮਣੀ ਦੀ ਗੱਲ ਸਾਥ ਚ ਵਹਿ ਤਰੀ ਸੀ ਸੋ ਹੁਣ 20 ਸਾਲ ਪਹਿਲਾਂ ਵੀ ਕੁਝ ਐਸੀ ਘਟਨਾ ਘਟੀ ਸੀ ਜਿਹਦੇ ਕਰਕੇ ਲੰਬੜ ਤੇ ਕੌੜੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸੀ ਦੋ ਦਹਾਕੇ ਪਹਿਲਾਂ ਬਚਨ ਸਿੰਘ ਦੀ ਗਵਾਹੀ ਸੰਤੋਖੇ ਕੌੜੇ ਲਈ 7 ਸਾਲ ਦੀ ਸਜ਼ਾ ਬਣ ਗਈ ਸੀ ਇਹ ਗਵਾਹੀ ਹੀ ਸੀ ਜੋ ਦੋਹਾਂ ਲਾਣਿਆਂ ਦੇ ਪਿੰਡੇ ਤੇ ਦੁਸ਼ਮਣੀ ਵਰਗਾ ਕੋੜ ਬਣ ਕੇ ਬੈਠ ਗਈ ਸੀ ਸਜ਼ਾ ਕੱਟ ਕੇ ਆਇਆ ਸੰਤੋਖਾ ਬਦਲੇ ਦੀ ਤਾੜ ਚ ਰਹਿੰਦਾ ਸੀ ਲੋਕ ਕਹਿੰਦੇ ਸਨ ਜੱਟ ਦੇ ਝੋਟੇ ਦਾ ਖੋਰ ਬੁਰਾ ਹੁੰਦਾ ਬਚਨ ਸਿਆਂ ਬਿੱਕਰ ਦੇ ਸੱਥਰ ਤੇ ਬੈਠੇ ਬਚਨ ਸਿਉਂ ਦੇ ਪਣੋਈਏ ਨੇ ਕਿਹਾ ਸੀ ਪਣੋਈਏ ਦਾ ਇਹ ਵਿਚਾਰ ਉਹਦੇ ਅੰਦਰ ਘਰ ਘਰੀ ਬੈਠੀ ਸ਼ੱਕ ਅਤੇ ਉਸ ਤੱਕ ਪਹੁੰਚੀ ਪਿੰਡ ਵਿੱਚ ਹੁੰਦੀ ਚਰਚਾ ਥਾਣੇ 'ਚ ਮਨਜੀਤ ਦੀ ਰਿਹਾਈ ਲਈ ਉਸ ਦੀ ਨਾ ਬਣ ਗਈ ਸੀ ਲੰਬੜਦਾਰ ਦੀ ਜੇਬ 'ਚ ਖੜਕਦੇ ਨੋਟਾਂ ਨੇ ਥਾਣੇਦਾਰ ਦੀ ਬੋਲੀ ਹੀ ਬਦਲ ਦਿੱਤੀ ਸੀ ਹੁਣ ਲੰਬੜਦਾਰ ਨੇ ਥਾਣੇਦਾਰ ਨੂੰ ਪੈਸੇ ਦਿੱਤੇ ਆ ਸੋ ਲੰਬੜਦਾਰ ਦੀ ਬੋਲੀ ਹੀ ਥਾਣੇਦਾਰ ਬੋਲੇਗਾ ਕੀ ਕਹਿੰਦਾ ਹੈ ਹੱਥੋਂ ਪਾਈ ਹੁੰਦੇ ਤਾਂ ਉਹ ਅੱਧੇ ਮੇਲੇ ਨੇ ਵੇਖੇ ਨੇ ਨਾਲੇ ਕਤਲ ਦਾ ਕਾਰਨ ਵੀ ਸਾਫ਼ ਪਿਆ ਸਰਪੰਚ ਨੂੰ ਨਾਲ ਲੈ ਕੇ ਟੋਬੇ 'ਚੋਂ ਇੱਟ ਕੱਢਣਗੇ ਕੌੜਿਆਂ ਦਾ ਹੱਥ ਵੀ ਉਹਨੇ ਇੱਟ ਦੇ ਹੇਠ ਹੀ ਦੱਬ ਦਿੱਤਾ ਸੀ ਮਨਜੀਤ ਨਾਲ ਮਿਲਣਾ ਤਾਂ ਇੱਕ ਪਾਸੇ ਉਹਨਾਂ ਨੂੰ ਮਨਜੀਤ ਦਿਖਾਇਆ ਵੀ ਨਹੀਂ ਸੀ ਹਾਲੇ ਮੈਂ ਆਪ ਟੈਸਟ ਕਰਨਾ ਹੈ ਮੁੰਡਾ ਜੇ ਨਾ ਕੋਈ ਗੱਲ ਹੋਈ ਤਾਂ ਆਪੇ ਛੁੱਟ ਜੂ ਇੱਥੋਂ ਨਹੀਂ ਛੁੱਟੂ ਅਦਾਲਤ ਛੱਡ ਦੋ ਉਨੇ ਕੌੜਿਆਂ ਨੂੰ ਕਚਹਿਰੀ ਦੇ ਰਾਹ ਪਾ ਦਿੱਤਾ ਸੀ ਪਰ ਪੁਲਿਸ ਵੱਲੋਂ ਖੜੇ ਕੀਤੇ ਮੌਕੇ ਦੇ ਦੋ ਗਵਾਹਾਂ ਨੇ ਮਨਜੀਤ ਦੀ ਜਵਾਨਾਂ ਤੱਕ ਨਹੀਂ ਸੀ ਹੋਣ ਦਿੱਤੀ ਕੌੜਿਆਂ ਦਾ ਵਕੀਲ ਵੱਖ ਖਿਜਿਆ ਪਿਆ ਸੀ ਜ਼ਮਾਨਤ ਦੀ ਤਾਂ ਗੱਲ ਹੀ ਕੀ ਸੀ ਜੇ ਮਨਜੀਤ ਉਹਦੇ ਅਨੁਸਾਰ ਬਿਆਨ ਦੇ ਦਿੰਦਾ ਤਾਂ ਉਹ ਹਿੱਕ ਥਾਪੜ ਕੇ ਰਿਹਾਈ ਦਾ ਦਾਵਾ ਕਰਦਾ ਸੀ ਵਕੀਲ ਦੇ ਹਰ ਸਵਾਲ ਦੇ ਜਵਾਬ ਵਿੱਚ ਮਨਜੀਤ ਨੇ ਇੱਕੋ ਗੱਲ ਕਹੀ ਸੀ ਗਵਾਹ ਝੂਠੇ ਨੇ ਕੇਸ ਝੂਠੇ ਫਿਰ ਮੈਂ ਕਿਉਂ ਝੂਠ ਬੋਲਾਂ ਅਦਾਲਤ ਨੂੰ ਵੀ ਉਹਨੇ ਬਿਆਨ ਤੋਂ ਬਿਨਾ ਸਿਰਫ ਇੱਕ ਵਾਰ ਆਪਣੀ ਸਫਾਈ ਵਿੱਚ ਦਲੀਲ ਦਿੱਤੀ ਸੀ ਕੋਈ ਆਪਣਾ ਕਤਲ ਆਪ ਨਹੀਂ ਕਰਦਾ ਜਨਾਬ ਬਿੱਕਰ ਤੇ ਮੈਂ ਦੋ ਨਹੀਂ ਸਾਂ ਵਿਰੋਧੀ ਵਕੀਲ ਲੱਖ ਵਲਫੇਅਰ ਪਾ ਕੇ ਪੁੱਛੇ ਗਏ ਸਵਾਲਾਂ ਨਾਲ ਵੀ ਉਹਨੂੰ ਚੱਕਰ ਵਿੱਚ ਨਹੀਂ ਪਾ ਸਕੇ ਸਨ ਮੁਲਾਕਾਤ ਲਈ ਆਇਆ ਘਰ ਦਾ ਕੋਈ ਵੀ ਜੀ ਬਸ ਆਪਣੀ ਨੱਠ ਭੱਜ ਦੀ ਗੱਲ ਕਰਦਾ ਤਾਂ ਮਨਜੀਤ ਸਿਰਫ ਬਿੱਕਰ ਦੀ ਮਾਂ ਸ਼ੰਤੀ ਤਾਈ ਦੀ ਗੱਲ ਪੁੱਛਦਾ ਉਹਦਾ ਜੀ ਕਰਦਾ ਕਿ ਉਹ ਉਹਦੀ ਮੁਲਾਕਾਤ ਨੂੰ ਆਵੇ ਸੱਚ ਜਾਣੇ ਤੇ ਮਨਜੀਤ ਨੂੰ ਉਹ ਮੋੜਾ ਦੇਵੇ ਜਿਸ ਤੇ ਸਿਰ ਰੱਖ ਉਹ ਅੰਦਰ डकਿਆ ਬਿੱਕਰ ਦੀ ਮੌਤ ਦਾ ਦੁੱਖ ਉਲੱਦ ਦੇਵੇ। ਇਕੱਲੇ ਬਹਿ ਕੇ ਰੋਇਆ ਤਾਂ ਜਾ ਸਕਦਾ ਸੀ ਪਰ ਹੌਲਾ ਹੋਣਾ ਹੋਰ ਹੁੰਦਾ। ਰੋਣ ਤਾਂ ਚੱਜ ਨਾਲ ਕਿਸੇ ਨੇ ਸ਼ਾਂਤੀ ਨੂੰ ਵੀ ਨਹੀਂ ਸੀ ਦਿੱਤਾ। ਮਕਾਨ ਆਏ ਲੋਕ ਵੀ ਬਿੱਕਰ ਦੀ ਮੌਤ ਦੀ ਘਟ ਮੁਕਦਮੇ ਦੀ ਗੱਲ ਜ਼ਿਆਦਾ ਕਰਦੇ ਸਨ। ਘਰ ਵਿੱਚ ਸੋਗ ਦੀ ਥਾਂ ਨਸ ਭੱਜ ਜ਼ਿਆਦਾ ਸੀ। ਭੋਗ ਤੋਂ ਬਾਅਦ ਤਾਂ ਬਿੱਕਰ ਦੀ ਮੌਤ ਜਿਵੇਂ ਮੁਕਦਮੇ ਦੇ ਦਾ ਪੇਚਾਂ ਵਿੱਚ ਹੀ ਗਵਾਚ ਗਈ ਸੀ। ਉਹਨੂੰ ਲੱਗਦਾ ਸੀ ਮਨਜੀਤ ਨਿਰਦੋਸ਼ ਹੈ। ਖਾਸ ਤੌਰ ਤੇ ਜਦੋਂ ਦੀ ਕੰਮ ਕਰਨ ਆਈ ਮੈਰੀ ਨੇ ਉਹਨੂੰ ਮਨਜੀਤ ਦੀ ਇਹ ਗੱਲ ਦੱਸੀ ਸੀ ਕਿ ਉਹ ਤਰੀਕ ਤੇ ਉਹਦੀ ਖਬਰ ਪੁੱਛਦਾ ਹੈ ਉਹਨੂੰ ਯਕੀਨ ਹੋ ਗਿਆ ਸੀ ਤਾਂ ਹੀ ਤਾਂ ਜਿਸ ਖਬਰ ਨੂੰ ਸਾਰੇ ਪਰਿਵਾਰ ਨੇ ਬਹੁਤ ਸੋਗ ਨਾਲ ਵਿਚਾਰਿਆ ਸੀ ਉਹਨੇ ਸ਼ਾਂਤੀ ਨੂੰ ਅੰਦਰੋਂ ਕਿਤੇ ਤਸਕੀਨ ਦਿੱਤੀ ਸੀ ਹੁਣੇ ਕਿਹੜੀ ਖਬਰ ਹੈ ਜਿਹਦੇ ਨਾਲ ਸ਼ਾਂਤੀ ਨੂੰ ਤਸੱਲੀ ਹੁੰਦੀ ਹੈ ਖਬਰ ਸੀ ਵੀ ਇੱਕਦਮ ਅਚੰਭੇ ਚ ਪਾਉਣ ਵਾਲੀ ਉਦੋਂ ਜਦੋਂ ਮਨਜੀਤ ਦੀ ਸਜ਼ਾ ਯਕੀਨੀ ਲੱਗਦੀ ਸੀ ਕੌੜਿਆਂ ਦੇ ਵਕੀਲ ਨੇ ਦੋਹਾਂ ਗਵਾਹਾਂ ਨੂੰ ਜੜੋਂ ਹਿਲਾ ਲਿਆ ਸੀ ਦੋ ਸਾਰੇ ਵਾਲੇ ਦਿਨ ਇੱਕ ਵਿਆਹ ਵਿੱਚ ਵਾਰਨੇ ਪਾਉਂਦੇ ਚਸ਼ਮਦੀਤ ਗਵਾਹ ਦੀ ਤਸਵੀਰ ਨੇ ਮੁਕਦਮੇ ਦਾ ਰੁਖ ਪਟ ਦਿੱਤਾ ਸੀ ਦੂਜੇ ਗਵਾਹ ਦੀ ਦੋ ਹੋਰ ਮੁਕੱਦਿਆਂ ਵਿੱਚ ਸਾਬਤ ਹੋ ਚੁੱਕੀ ਝੂਠੀ ਗਵਾਹੀ ਦੀ ਨਕਲ ਪਹਿਲੇ ਦੀ ਤਸਵੀਰ ਨਾਲ ਨੱਥੀ ਕਰ ਦਿੱਤੀ ਗਈ ਸੀ ਮਨਜੀਤ ਦਾ ਬਰੀ ਹੋਣਾ ਯਕੀਨੀ ਹੋ ਗਿਆ ਸੀ ਇਹੀ ਉਹ ਯਕੀਨ ਸੀ ਜਿਸ ਨੇ ਲੰਬੜਦਾਰ ਦੀ ਰੁਚੀ ਮੁਕਦਮੇ 'ਚੋਂ ਖਤਮ ਕਰ ਦਿੱਤੀ ਸੀ ਚਰਨਾ ਤੇ ਜੈਲਾ ਤਾਂ ਕਚਹਿਰੀ ਗਏ ਹੀ ਨਹੀਂ ਸਨ ਤੇ ਲੰਬੜਦਾਰ ਬਚਨ ਸਿਓ ਵੀ ਫੈਸਲਾ ਸੁਣਨ ਨਹੀਂ ਸਕੂ ਕਤਲ ਤੋਂ ਬਾਅਦ ਫਰਾਰ ਹੋਣ ਲਈ ਵਰਤੀ ਜਾਣ ਵਾਲੀ ਕਾਰ ਦਾ ਪ੍ਰਬੰਧ ਕਰਨ ਗਿਆ ਸੀ ਥਾਣੇਦਾਰ ਤੇ ਵਕੀਲ ਨਾਲ ਰਾਤੋਂ ਰਾਤ ਗੰਢ ਤੁਪ ਕਰ ਲਈ ਗਈ ਸੀ ਕਤਲ ਦੇ ਸਮੇਂ ਚਰਨੇ ਤੇ ਜੇਲੇ ਦੀ ਹਾਜ਼ਰੀ ਦੀ ਗਵਾਹੀ ਵਕੀਲ ਨੇ ਆਪਣੇ ਘਰ ਹੋਣ ਦੀ ਦੇਣੀ ਸੀ ਕਤਲ ਤੋਂ ਬਾਅਦ ਉਹਨਾਂ ਸਿੱਧੇ ਉੱਥੇ ਹੀ ਪਹੁੰਚਣਾ ਸੀ ਹੁਣ ਮਨਜੀਤ ਤਾਂ ਵਰੀ ਹੋਣ ਲੱਗਿਆ ਸੋ ਇਸ ਕਰਕੇ ਲੰਬੜਦਾਰ ਬਚਨ ਸਿੰਘ ਨੂੰ ਪਤਾ ਹੈ ਕਿ ਹੁਣ ਵਕੀਲਾਂ ਦੇ ਨਾਲ ਕੋਈ ਗੱਲਬਾਤ ਬਣਨੀ ਨਹੀਂ ਹੈ ਇਸ ਕਰਕੇ ਚਰਨਾ ਵੀ ਭਖਿਆ ਹੋਇਆ ਜੈਲਾ ਤੇ ਫੁੱਫੜ ਤਾਂ ਉਹਨੂੰ ਭੜਕਾਉਣ ਦੇ ਉੱਤੇ ਲੱਗੇ ਹੀ ਹੋਏ ਹੈ ਸੋ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਮਨਜੀਤ ਨੂੰ ਕਿਸ ਤਰ੍ਹਾਂ ਮਾਰਨਾ ਹੈ ਗੋਲੀ ਚਾਰਨੇ ਨੇ ਚਲਾਉਣੀ ਸੀ ਪਰ ਉਹਦੇ ਹੱਥ ਹੁਣੇ ਕੰਬੀ ਜਾਂਦੇ ਸਨ ਤੇ ਬੋਲਣ ਲੱਗੇ ਉਹਦੀ ਆਵਾਜ਼ ਦੀ ਘਬਰਾਹਟ ਵੀ ਸਾਫ਼ ਚਲਕਦੀ ਸੀ ਬਾਪੂ ਆਇਆ ਹੀ ਨਹੀਂ ਇੰਨਾ ਟਾਈਮ ਲਾਉਣ ਵਾਲੀ ਤਾਂ ਗੱਲ ਨਹੀਂ ਧੀ ਮਾਮਾ ਵੀ ਆਜੂ ਪਰ ਤੇਰੇ ਹੱਥ ਕਾਹ ਤੋਂ ਕੰਬੀ ਜਾਂਦੇ ਆ ਜੈਲੇ ਨੇ ਪੁਲ ਥਰੂ 12 ਬੋਰ ਚੋਂ ਖਿੱਚਦਿਆਂ ਕਿਹਾ ਸੀ ਨਹੀਂ ਐਂ ਤਾਂ ਕੈਮ ਐ ਬਸ ਜੱਦੀ ਬਿੱਕਰ ਬਾਈ ਦੀ ਮੌਤ ਹੋਈ ਐ ਨਾ ਸਰੀਰ ਉਹਨੇ ਢੇਰੀ ਜਿਹਾ ਹੋਇਆ ਪਿਆ ਤੂੰ ਪੈ ਗਲਾ ਪਹਿਲਾਂ ਇੱਕ ਕੈੜਾ ਜਿਹਾ ਕਰਕੇ ਜੈਲੇ ਨੇ ਰੂੜੀ ਮਾਰਕਾ ਦੀ ਬੋਤਲ ਨੂੰ ਹਿਲਾਉਂਦਿਆਂ ਢਲਦੇ ਸੂਰਜ ਵੱਲ ਵੇਖਦਿਆਂ ਕਿਹਾ ਸੀ ਨਾਲੇ ਮਾਮਾ ਵੀ ਆਉਣ ਵਾਲਾ ਹੀ ਹੋ ਫੈਸਲਾ ਤਾਂ ਕਦੋਂ ਦਾ ਸੁਣਾਤਾ ਹੁਣੇ ਰਾਈਫਲ ਕੀਲੇ ਟੰਗ ਚਰਨੇ ਨੇ ਸ਼ਰਾਬ ਵਾਲਾ ਗਲਾਸ ਫੜਿਆ ਤਾਂ ਓਟੇ ਨਾਲ ਢੋਲ ਆਈ ਖੜੀ ਸ਼ਾਂਤੀ ਦਾ ਜੀ ਕੀਤਾ ਉਹ ਚਰਨੇ ਦੇ ਹੱਥ ਫੜ ਲਵੇ ਉਹਦੀ ਮਿੰਨਤ ਕਰੇ ਪਰ ਹੁਣ ਤੱਕ ਕਿਹੜਾ ਉਹਨੇ ਥੋੜੀਆਂ ਮਿੰਤਾ ਕੀਤੀਆਂ ਸਨ ਉਹਦੀ ਕਿਸੇ ਨਹੀਂ ਸੀ ਸੁਣੀ ਉਹ ਸਭ ਕਾਸੇ ਦੀ ਦਰਸ਼ਕ ਬਣ ਕੇ ਰਹਿ ਗਈ ਸੀ ਸ਼ਾਂਤੀ ਵਿਵਸ ਹੈ ਇੱਕ ਪੁੱਤੋ ਗਵਾ ਚੁੱਕੀ ਹੈ ਤੇ ਦੂਸਰਾ ਪੁੱਤ ਬੇਦੋਸ਼ੇ ਮਨਜੀਤ ਨੂੰ ਕਤਲ ਕਰਨ ਦੇ ਲਈ ਤਿਆਰ ਖੜਾ ਹੈ ਜੈਲੇ ਨੂੰ ਪਤਾ ਹੈ ਕਿ ਜੇਕਰ ਇਹ ਸ਼ਰਾਬ ਦਾ ਘੁੱਟ ਪੀ ਲਵੇ ਤਾਂ ਕੋਈ ਵੀ ਕਮਜ਼ੋਰ ਤੋਂ ਕਮਜ਼ੋਰ ਬੰਦਾ ਵੀ ਤਾਕਤਵਰ ਬਣ ਜਾਂਦਾ ਹੈ ਕੁਝ ਵੀ ਕਰਵਾ ਲਓ ਭਾਵੇਂ ਉਹਨੂੰ ਪੜਵਾ ਕੇ ਫਿਰ ਸੋ ਹੁਣ ਚਰਨਾ ਪੀ ਕੇ ਖੜਾ ਹੈ ਬਾਈ ਉੜਾ ਤੋਤੇ ਦਉ ਮੇਰੇ ਸਾਲੇ ਦੇ ਚਰਨੇ ਨੇ ਗਲਾਸ ਰੱਖਦੇ ਆਂ ਪੁੱਠੇ ਹੱਥ ਨਾਲ ਮੂੰਹ ਪੂੰਝਦੇ ਆਂ ਬੜਕਮਾਰੀ ਸੀ ਪਰ ਬਾਹਰ ਆ ਕੇ ਰੁਕੀਕਾਰ ਦੀ ਆਵਾਜ਼ ਨੇ ਸੱਚਮੁੱਚ ਹੀ ਵੇੜੇ 'ਚ ਖੜੀ ਨਿੰਮ ਤੋਂ ਤੋਤੇ ਉਡਾ ਦਿੱਤੇ ਸਨ ਲੈ ਆ ਗਿਆ ਮਾਮਾ ਵੀ ਜੈਲੇ ਦੀ ਉਤਸ਼ਾਹ ਭਰੀ ਆਵਾਜ਼ ਦੇ ਨਾਲ ਹੀ ਤਿੰਨ ਜੋੜੀ ਅੱਖਾਂ ਇੱਕਦਮ ਹੌਲੀ-ਹੌਲੀ ਖੁੱਲ ਰਹੀ ਗੇਟ ਦੀ ਖਿੜਕੀ ਵੱਲ ਉੱਠ ਗਈਆਂ ਸਨ ਪਰ ਖੁੱਲੀ ਖਿੜਕੀ ਚੋਂ ਬਚਨ ਸਿੰਘ ਦੀ ਦੁਖੱਲੀ ਜੁੱਤੀ ਨਹੀਂ ਕੋਈ ਕੱਡਵੀਂ ਜੁੱਤੀ ਦਾ ਜੋੜਾ ਅੰਦਰ ਆਇਆ ਸੀ ਸਰੀਰ ਦਾ ਬੋਝ ਮਸਾਂ ਚੁੱਕੀ ਲਈ ਜਾਂਦੀਆਂ ਲੱਤਾਂ ਓਟੇ ਕੋਲ ਖੜੀ ਸ਼ਾਂਤੀ ਵੱਲ ਵਧ ਗਈਆਂ ਸਨ ਮਨਜੀਤ ਨੂੰ ਸਾਹਮਣੇ ਦੇਖ ਕੇ ਜੈਲੇ ਦੇ ਮੂੰਹ ਨੂੰ ਲਾਇਆ ਪੈਗ ਛਲਕ ਗਿਆ ਸੀ ਪਰ ਉਹਨਾਂ ਦੇ ਕੁਝ ਵੀ ਸਮਝਣ ਤੋਂ ਪਹਿਲਾਂ ਇੱਕ ਦੂਜੇ ਨੂੰ ਜਫੀ ਵਿੱਚ ਕੁੱਟੀ ਖੜੇ ਮਨਜੀਤ ਅਤੇ ਸ਼ਾਂਤੀ ਦੀਆਂ ਚੀਕਾਂ ਨੇ ਅੰਬਰ ਦੀ ਰੂਹ ਕੰਬਾ ਦਿੱਤੀ ਸੀ ਰਾਈਫਲ ਦੇ ਵੱਟ ਨੂੰ ਹੱਥ ਪਾਈ ਖੜੇ ਚਰਨੇ ਦਾ ਅੰਦਰ ਕੰਬਿਆ ਉਹਦੇ ਅੰਦਰ ਜਿਵੇਂ ਕੁਝ ਨਿਸਲ ਹੁੰਦਾ ਚਲਿਆ ਗਿਆ ਉਹਨੂੰ ਲੱਗਿਆ ਸ਼ਾਂਤੀ ਦੀਆਂ ਬਾਹਾਂ ਦੇ ਮੋਹ ਪਾਸੇ ਵਲਿਆ ਮਨਜੀਤ ਉਹਨਾਂ ਦੇ ਕੀਲਿਆਂ ਟੰਗੇ ਹਥਿਆਰਾਂ ਦੀ ਪਹੁੰਚ ਤੋਂ ਉੱਪਰ ਉੱਠ ਰਿਹਾ ਸੀ ਉੱਠਦਾ ਜਾ ਰਿਹਾ ਸੀ ਉੱਠਦਾ ਜਾ ਰਿਹਾ ਸੀ ਸੋ ਬੱਚਿਓ ਇਹੋ ਜਿਹੀਆਂ ਕਹਾਣੀਆਂ ਤੋਂ ਸਦਾ ਸੇਧ ਲਵੋ ਨਫ਼ਰਤ ਕਰਨ ਤੋਂ ਬਚੋ ਚੰਗੇ ਤੇ ਮਾੜੇ ਕੰਮ ਦੇ ਵਿੱਚ ਫਰਕ ਕਰਨਾ ਸਿੱਖੋ ਤਾਂ ਕਿ ਜ਼ਿੰਦਗੀ ਦੇ ਵਿੱਚ ਅਸੀਂ ਇਸੇ ਅਜੀਹੀ ਉਲਝਣ ਦੇ ਵਿੱਚ ਨਾ ਫਸ ਜਾਈਏ ਜਿਸ ਨੂੰ ਸੁਲਝਾਉਣਾ ਸਾਡੇ ਲਈ ਮੁਸ਼ਕਲ ਹੋ ਜਾਵੇ ਤੇ ਅਜਿਹੀਆਂ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਉਸ ਨੂੰ ਲਾਈਕ ਕਰੋ ਧੰਨਵਾਦ